स्वागत है किसान वीरों तुहाडा सिद्ध कडेरी फार्मिंग दे विच। किसान वीरों अज जिहड़ी वीडियो बना रहे हैं पिंड धूड़कोट ये निहाल सिंह वाला तहसील ते मोगे जिले का पिंड है नेड़े दे रणसी कलां रह जांदा सो धूड़कोट रणसी कलां दे बिल्कुल नाल पिंड ते इहदे नाल ही पिंड बौडे नंगल भी है। धूड़कोट तो जदों आपां नंगल वाल नूं जाणा होवे दोस्तों तां उस रोड दे उत्ते बाई दा घर है ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦਾ ਵਪਾਰ ਦਾ ਕੰਮ ਵੀ ਹੈ ਪਸ਼ੂ ਇੱਥੇ ਰੂਟੀਨ ਚ ਆਉਂਦੇ ਆ ਤੇ ਆਉਂਦੀ ਜਰਸੀ ਗਾਂ ਅੱਜ ਤੁਹਾਨੂੰ ਦਿਖਾਉਂਗਾ ਦੋਸਤੋ ਮੈਂ 5 ਨਾਗ 6 ਨਾਗ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਗਾਵਾਂ ਕੱਚੀਆਂ ਇੱਕ ਇਧਰ ਬਿਲਕੁਲ ਤਾਜ਼ੀ ਸੂਈ ਜੇਰ ਥੋੜਾ ਟਾਈਮ ਪਹਿਲਾਂ ਹੀ ਪੈ ਕੇ ਹਟੀ ਹੈ ਗੱਬਣ ਗਾਵਾਂ ਇੱਕ ਦੋ ਵਿੱਚੋਂ ਤਾਜ਼ੀਆਂ ਸੂਈਆਂ ਵੀ ਹੈ ਤੇ ਇੱਕ ਵੱਛੀ ਵੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਤੋ ਅਸਰ ਗੱਬਣ ਵੱਛੀ ਹੈ ਸੋ ਡਿਟੇਲ ਆਪਾਂ ਇਹਨਾਂ ਪਸ਼ੂਆਂ ਬਾਰੇ ਪੁੱਛਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਰਹੋ ਜਿਹਨੂੰ ਜਿਹੜਾ ਨਾਗ ਪਸੰਦ ਆਜੂ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਲਓ ਜੇ ਨੰਬਰ ਬਾਈ ਦਾ ਸਕਰੀਨ 'ਤੇ ਚੱਲਦਾ ਰਹਿਣਾ ਆਓ ਵੀਰ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸੀ ਵੀਰ ਆਪਣਾ ਜਸਵਿੰਦਰ ਸਿੰਘ ਜੀ ਧੂੜਕੋਟ ਜਸਵਿੰਦਰ ਬਾਈ ਵਪਾਰ ਦਾ ਕੰਮ ਕਰਦੇ ਆਪਾਂ ਨਾ ਹਾਂਜੀ ਵਪਾਰ ਦਾ ਆਉਂਦੀਆਂ ਜਰਸੀ ਹੈ ਬਾਈ ਜਾਨ ਜਰਸੀ ਹੈ ਜੀ ਠੀਕ ਹੈ ਟੋਕੜ ਗੱਬਣ ਵੀ ਲੈ ਲੈਣੇ ਤਿਆਰ ਕਰਕੇ ਵੇਚ ਲੈਣੀ ਹੈ ਟੋਕੜ ਗੱਬਣ ਵੀ ਲੈ ਲਈਦੀ ਹੈ ਜਦੋਂ ਤਿਆਰ ਹੋ ਜਾਂਦੀ ਉਦੋਂ ਵੇਚ ਲੈਂਦੇ ਅੱਛਾ ਉਹ ਵੀ ਟੋਕੜ ਗੱਬਣ ਮਿਲ ਜਾਂਦੀਆਂ ਆਪਣੇ ਕੋਲੋਂ ਕਿ ਸੱਜਰ ਹੀ ਹੁੰਦੀਆਂ ਜਾਂਦੀ ਹੈ ਟੋਕੜ ਗੱਬਣ ਮਤਲਬ ਜਿੱਦਾਂ ਦਾ ਪਸ਼ੂ ਚਾਹੀਦਾ ਉਦਾਂ ਦਾ ਮਿਲ ਜੂਗਾ ਵੱਛੀਆਂ ਵੀ ਆ ਜਾਂਦੀਆਂ ਬਾਈ ਹਾਂਜੀ ਹਾਂਜੀ ਵੱਛੀਆਂ ਵੀ ਘਰੇ ਵੀ ਤਿਆਰ ਕੀਤੀਆਂ ਜਿਵੇਂ ਆ ਵੱਛੀ ਹੈ ਠੀਕ ਹੈ 2 ਮਹੀਨੇ ਦੀ ਗੱਬਣ ਹੈ ਅੱਛਾ ਕਿੰਨੀ ਕੁ ਉਮਰ ਹੋਊਗੀ ਜੀ ਉਮਰ ਜੀ ਤਕਰੀਬਨ ਹੈਗੀ ਹੈ 2 ਸਾਲ ਸਵਾ 2 ਸਾਲ ਚੈੱਕ ਪਾਸ ਹੋ ਗਈ ਇਹ ਚੈੱਕ ਪਾਸ ਅੱਛਾ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 23000 23000 2 ਮਹੀਨੇ ਦੀ ਗੱਬਣ ਚੈੱਕ ਪਾਸ ਹੈ 23000 ਰੇਟ ਹੈ ਇਹਨੂੰ ਇੱਥੇ ਥੋੜਾ ਜਿਹਾ ਗੇੜਾ ਕਢਾ ਦੇਦਾ ਮਾੜਾ ਜਿਹਾ ਦੋਸਤੋ 2 ਮਹੀਨਿਆਂ ਦੀ ਇਸ ਟਾਈਮ ਇਹ ਗੱਬਣ ਚੈੱਕ ਪਾਸ ਹੈ ਚੈੱਕ ਪਾਸ ਬੇਸ਼ੱਕ ਕਰਵਾ ਕੇ ਲੈ ਜਾਓ ਮੈਂ ਥੋੜੀ ਜਿਹੀ ਤੋਰੂੰਗਾ ਕਿਉਂਕਿ ਜਗ੍ਹਾ ਇੱਥੇ ਕੰਜਸਟਡ ਹੀ ਹੈ ਬਾਹਲਾ ਪਸ਼ੂ ਆਪਾਂ ਤੋਰਨੇ ਵੀ ਨਹੀਂ ਸਿਰਫ ਇੱਕ ਲਾਸਟ ਵਾਲੀ ਗਾਂ ਤੋਰਾਂਗੇ ਜਾਂ ਇਹ ਵੱਛੀ ਹੀਫਰ 23000 ਰੇਟ ਹੈ ਦੇਖੋ ਵੱਛੀ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਇੱਥੇ ਘੁਮਾ ਲਾ ਬਾਈ ਭਾਵੇਂ ਬਹੁਤ ਸੋਹਣੇ ਢਾਂਚੇ ਦੀ ਬਹੁਤ ਸੋਹਣੇ ਕੱਦ ਕਾਠ ਦੀ ਚੰਗੀ ਵੱਛੀ ਹੈ ਜਿਹਨੂੰ ਜਰਸੀ ਵੈੜ ਪਸੰਦ ਆਵੇ ਦੋਸਤੋ ਤਾਂ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਅਸਰ ਗੱਬਣ ਵੱਛੀ ਫੋਰ ਸੇਲ ਹੈ ਇਹਦੇ ਨਾਲ ਇੱਕ ਗਾਂ ਤਾਜ਼ੀ ਸੂਈ ਵੀ ਇਹਦੇ ਬਾਰੇ ਵੀ ਆਪਾਂ ਇਨਫੋਰਮੇਸ਼ਨ ਬਾਈ ਤੋਂ ਲੈ ਲਾਂਗੇ ਕੁਛ ਗਾਵਾਂ ਇਹਦੇ ਨਾਲ ਇੱਕ ਹੋਰ ਗਾਂ ਤਾਜ਼ੀ ਸੂਈ ਹੈ 2 ਗਾਵਾਂ ਕੱਚੀਆਂ ਇੱਕ ਬਿਲਕੁਲ ਮੌਕੇ 'ਤੇ ਸੂਈ ਹੈ ਸੋ ਜਿਹੜੀ ਨਾਲ ਦੀ ਗਾਂ ਬਾਈ ਕਿੰਨਾ ਕੁ ਚਿਰ ਹੋ ਗਿਆ ਉਹਨੂੰ ਸੂਈ ਨੂੰ ਅਤੇ ਕਿੰਨਾ ਕੁ ਦੁੱਧ ਹੋਊਗਾ ਡੇਢ ਮਹੀਨੇ ਦੀ ਦੁੱਧ ਹੁਣ ਕਿੰਨਾ ਕੁ ਹੋਊਗਾ ਬਾਈ 12 ਲੀਟਰ ਹੈਗਾ ਰੇਟ ਇਹਦਾ ਕੀ ਰੱਖਾਂਗੇ ਸੂਆ ਕਿੰਨਾ ਵਾ ਦੂਜਾ ਸੂਆ ਦੋਸਤੋ ਤੇ ਬੱਚਾ ਇਹਦੇ ਨਾਲ ਵੱਛਾ ਹੈ ਮੇਰੇ ਖਿਆਲ ਚ ਨਾ ਇੱਧਰ ਵੱਛਾ ਦੋਸਤੋ ਖੜਾ ਇਹਦਾ ਇਹ ਤੋਂ ਅੱਗੇ ਹੋਰ ਗਾਂ ਬਾਈ ਇਹ ਕਿੰਨਵੇਂ ਸੂਏ ਸੂਈ ਦੀ ਹੈ ਦੂਜੇ ਸੂਏ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇੱਕ ਹਫ਼ਤੇ ਦੀ ਸੂਈ ਥੱਲੇ ਕਿੰਨਾ ਦੁੱਧ ਹੋਊਗਾ 13 ਲੀਟਰ ਇਹਦਾ ਰੇਟ ਕੀ ਰੱਖਾਂਗੇ 40000 ਠੀਕ ਹੈ ਦੋਸਤੋ 40000 ਰੇਟ ਹੈ ਮੈਂ ਤੁਹਾਨੂੰ ਇਹਨਾਂ ਦੇ ਚਿਹਰੇ ਦਿਖਾ ਦਿੰਦਾ ਇੱਥੇ ਖੜੀਆਂ ਦੇ ਤੁਸੀਂ ਇਹਨਾਂ ਦੇ ਫੇਸ ਦੇਖ ਲਿਓ ਗਾਹਕ ਵੀ ਰੂਟੀਨ 'ਚ ਆਉਂਦਾ ਅਤੇ ਪਸ਼ੂ ਵੀ ਰੂਟੀਨ 'ਚ ਆਉਂਦਾ ਸੋ ਉਹਦੇ ਕਰਕੇ ਤੁਸੀਂ ਇੱਥੇ ਆ ਕੇ ਪਸ਼ੂ ਦੇਖਿਓ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਇਦੋਂ ਅੱਗੇ ਬਾਈ ਜਿਹੜੀ ਗਾਂ ਖੜੀ ਹੈ ਕਿੰਨਾ ਕੁ ਚਿਰ ਰਹਿੰਦਾ ਸੂਣ 'ਚ ਅਤੇ ਕਹਿਣਵਾ ਸੂ 15 ਦਿਨਾਂ ਦੀ ਕੱਚੀ ਹੈ ਅਤੇ ਸੂਆ ਕਹਿਣਵਾ ਸੂਗੀ ਦੂਜਾ ਸੂਆ ਕੀ ਰੇਟ ਕਰੇਗਾ ਇਹਦਾ ਬਾਈ ਇਹਦਾ 46000 46000 ਇਦੋਂ ਅੱਗੇ ਜਿਹੜੀ ਗਾਂ ਦਿਸਦੀ ਹੈ ਬਾਈ ਇਹਦਾ ਕਿੰਨਵਾਂ ਸੂਆ ਇਹਦਾ ਕਿੰਨਾ ਚਿਰ ਬਾਕੀ ਹੈ ਦਸਾਂ ਦਿਨਾਂ ਦੀ ਕੱਚੀ ਹੈ ਇਹਦਾ ਰੇਟ ਕੀ ਰੱਖੇਗਾ 47000 ਦੋਸਤੋ ਤੁਹਾਨੂੰ ਮੈਂ ਇੱਕ ਵਾਰ ਇਹਨਾਂ ਦੇ ਚਿਹਰੇ ਜ਼ਰੂਰ ਦਿਖਾ ਦਿੰਦਾ ਉਦੋਂ ਬਾਅਦ 'ਚ ਇੱਕ ਲਾਸਟ ਵਾਲੀ ਗਾਂ ਤੋਰ ਦਿਆਂਗੇ ਫੇਸ ਇਹਨਾਂ ਦੇ ਜ਼ਰੂਰ ਦੇਖ ਲਓ ਤੁਸੀਂ ਇੱਦਾਂ ਦੇ ਹੈ ਢਾਂਚੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਰੰਗ ਰੂਪ ਜਿਹੜੇ ਉਹ ਵੀ ਤੁਹਾਡੇ ਸਾਹਮਣੇ ਹੈ ਸੋ ਇਹ ਤੁਹਾਨੂੰ 4 ਨਾਗ 5 ਦਿਖਾਤੇ ਆ ਮੈਂ ਇੱਥੇ ਖੜਿਆਂ ਬਾਰੇ ਜਾਣਕਾਰੀ ਲਈ ਹੈ ਆਪਦਾ ਇਹ ਪੱਠਾ ਨੀਰਾ ਛੱਕ ਰਹੇ ਆ ਹਾਂ ਦਿਖਾ ਦੇ ਬਾਈ ਘੁਮਾ ਦੇ ਮਾੜੇ ਮੂੰਹ ਇਹਨਾਂ ਦੇ ਸੋ ਇੱਦਾਂ ਦੇ ਇਹਨਾਂ ਦੇ ਢਾਂਚੇ ਆ ਲਾਸਟ 'ਤੇ ਇੱਕ ਗਾਂ ਜਿਹੜੀ ਤਿਆਰ ਆ ਜਿਹਦੀ ਮੇਨ ਵੀਡੀਓ ਬਣਾਉਣ ਵਾਸਤੇ ਆਏ ਸੀ ਦੂਜਿਆਂ ਬਾਰੇ ਤਾਂ ਤੁਹਾਨੂੰ ਸਿਰਫ ਇਨਫੋਰਮੇਸ਼ਨ ਹੀ ਦੇਣੀ ਹੈ ਇਸ ਗਾਂ ਦੀ ਆਪਾਂ ਮੇਨ ਵੀਡੀਓ ਅੱਜ ਬਣਾਉਣੀ ਸੀ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂ ਜਸਵਿੰਦਰ ਬਾਈ ਜਿਹੜੀ ਹੈ ਲਾਸਟ 'ਤੇ ਗਾਂ ਖੜੀ ਹੈ ਕਹਿਣ ਮਸੂਆ ਸੂਈ ਦੂਜਾ ਜੀ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਜੀ ਅੱਜ ਸਵੇਰੇ ਸੂਈ ਹੈ ਅੱਜ ਸਵੇਰੇ ਸੂਈ ਹੈ ਠੀਕ ਹੈ ਅੱਛਾ ਬੱਚਾ ਕੀ ਦਿੱਤਾ ਨੇ ਬਾਈ ਬੱਚਾ ਜੀ ਇਹਦਾ ਰੇਟ ਕੀ ਰੱਖਿਆ ਵੀਰੇ ਇਹਦਾ ਰੇਟ ਜੀ 45000 45000 ਤੋਰ ਦੇ ਦੁੱਧ ਚੋਇਆ ਵੇ ਹਾਂਜੀ ਹਾਂਜੀ ਸੋਰੀ ਮਈ ਨੂੰ 6 ਲੀਟਰ ਬੋਲਾ ਕੱਢਤਾ ਜੀ ਇਹਨੇ 6 ਲੀਟਰ ਬੋਲਾ ਦੋਸਤੋ ਵੀਰ ਕਹਿੰਦਾ ਹਵਾਨੇ ਚੋਂ ਕੱਢਿਆ 45000 ਰੇਟ ਆ ਦੂਜਾ ਸੂਆ ਬੱਚਾ ਇਹਨੇ ਵੀ ਵੱਛਾ ਹੀ ਦਿੱਤਾ
ਤੋੜ ਕੇ ਤੁਹਾਨੂੰ ਇਹ ਦਿਖਾਉਣੇ ਕਿਉਂਕਿ ਇਹਦੀ ਤਿਆਰੀ ਚੰਗੀ ਦਿਸਦੀ ਹੈ। ਹਾਲਾਂਕਿ ਬੌਲਾ ਇਹਦਾ ਚੋਇਆ ਵਿਆ, ਸੋ ਸੁਬਹਾ ਇਹ ਸੂਈ ਸੀ, ਜੇਰ ਇਹਦੀ ਪੈ ਗਈ ਹੈ। ਕੱਦ ਕਾਠ ਜਰਸੀ ਵਾਲੇ ਹਿਸਾਬ 'ਤੇ ਦੇਖਿਓ, ਥਾਣੇ ਦਾ ਬਹੁਤ ਸੋਹਣਾ ਮੋਟਾ ਥਣ, ਰੰਗ ਵੀ ਤੁਹਾਡੇ ਸਾਹਮਣੇ ਆ, ਜਿਹਨੂੰ ਪਸੰਦ ਆਵੇ। ਇਹਦਾ ਰੇਟ 45,000 ਵੀਰ ਨੇ ਕੀਤਾ, ਬਾਕੀ ਹਵਾਨਾ ਤੁਸੀਂ ਵੀਡੀਓ 'ਚੋਂ ਦੱਸੋ ਦੇਖ ਸਕਦੇ ਹੋ ਕਿੱਦਾਂ ਦਾ ਦਿਸਦਾ। ਚੰਗਾ ਹਵਾਨਾ ਹੁਣ ਵੀ ਦਿਖਾ ਰਹੀ ਹੈ, ਬਾਕੀ ਹਜੇ ਤਾਜ਼ੀ ਸੂਈ ਅਤੇ ਕੁਛ ਬੌਲਾ ਵੀਰ ਕਹਿੰਦਾ ਚੋਇਆ। ਤੁਸੀਂ ਇਹਦੇ ਥਣ ਦਾ ਸਾਈਜ਼ ਦੇਖ ਲਓ ਜੀ, ਇੱਦਾਂ ਦਾ ਥਣ ਇਹਦੇ ਤੋਂ ਜਿਹੜਾ ਹੈਗਾ, ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਆ। ਫੇਸ ਇਹਦਾ ਤੁਹਾਨੂੰ ਥੋੜ੍ਹਾ ਜਿਹਾ ਮੈਂ ਦਿਖਾ ਦਿੰਦਾ, ਦੱਸੋ ਜਿੱਦਾਂ ਦਾ ਇਹਦਾ ਇਹਦੇ ਚਿਹਰੇ ਦੀ ਬਣਾਵਟ ਹੈ, ਇੱਦਾਂ ਦੀ ਇਹ ਜਰਸੀ ਹੈ। ਦੂਜੀਆਂ ਗਾਵਾਂ ਦੇ ਫੇਸ ਵੀ ਤੁਹਾਨੂੰ ਇਸ ਸਾਈਡ ਤੋਂ ਮੈਂ ਦਿਖਾ ਦਿੰਦਾ, ਢਾਂਚੇ ਤੁਸੀਂ ਖੜੀਆਂ ਦੇ ਦੇਖ ਹੀ ਲਏ ਆ। ਸੋ ਇੱਦਾਂ ਦੇ ਰੰਗ ਰੂਪ ਦੀਆਂ ਇਹ ਜਰਸੀ ਬੈੜਾਂ ਆਉਂਦੀਆਂ ਰੂਟੀਨ 'ਚ ਦੋਸਤੋ ਬਾਈ ਕੋਲ ਜਰਸੀ। ਸੋ ਤੁਸੀਂ ਜਦੋਂ ਵੀ ਵਿਜਿਟ ਕਰੋਗੇ ਤਾਂ ਇੱਥੇ ਤੁਹਾਨੂੰ ਹਰ ਟਾਈਮ ਕੋਈ ਨਾ ਕੋਈ ਪਸ਼ੂ ਜ਼ਰੂਰ ਖੜਾ ਬਾਈ ਕੋਲ ਮਿਲੂਗਾ। ਹਾਂਜੀ ਬਾਈ, ਇਹਦੇ ਵੀ ਥਣ ਦੋਸਤੋ ਚੰਗਾ ਲੱਗਾ ਜਿਹੜੀ ਤੁਹਾਨੂੰ ਪਹਿਲਾਂ ਜਰਸੀ ਦਿਖਾਈ ਹੈ। ਸੋ ਦੂਜੀ ਗਾਂ ਦਾ ਵੀ ਜੇ ਥਣ ਦੇਖੋਗੇ ਤਾਂ ਉਹ ਵੀ ਬਹੁਤ ਚੰਗਾ ਥਣ, ਇਹਦੇ ਵੀ ਥਣ ਦੇਖ ਸਕਦੇ ਹੋ ਤੁਸੀਂ। ਸੋ ਜਿਹੜਾ ਵੀਰ ਇਹਨਾਂ 'ਚੋਂ ਕੋਈ ਵੀ ਗਾਂ ਨੂੰ ਪਸੰਦ ਕਰਦਾ ਤਾਂ ਆ ਕੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।